ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਮਾਮਲਾ ਨੋਟਿਸ 'ਚ ਆਇਆ, ਜਿਹਦੇ 'ਚ ਕਿ ਇਹ ਪਤਾ ਲੱਗਿਆ ਕਿ ਕੁਝ ਐਸਪੀਓਨਾਜ ਐਕਟੀਵਿਟੀ ਏਰੀਆ 'ਚ ਚੱਲ ਰਹੀ ਹੈ, ਜਿਹਦੇ 'ਚ ਕਿ ਕੁਝ ਮੂਵਮੈਂਟ ਆਰਮੀ ਰਿਲੇਟਿਡ, ਸਿਕਿਉਰਿਟੀ ਫੋਰਸਿਸ ਰਿਲੇਟਿਡ ਜਾਂ ਕੁਝ ਹੋਰ ਦਸਤਾਵੇਜ਼ ਅਕਰੋਸ ਦਾ ਬਾਰਡਰ ਸ਼ੇਅਰ ਕਰਨ ਦੀਆਂ ਜੋ ਖਬਰਾਂ ਜਾਂ ਸੂਚਨਾਵਾਂ ਸਾਨੂੰ ਪ੍ਰਾਪਤ ਹੋਈਆਂ, ਉਹਦੇ ਬੇਸਿਸ 'ਤੇ ਕੁਝ ਆਪਰੇਸ਼ਨਸ ਜੋ ਔਨਗੋਇੰਗ ਅਪਾਰਟ ਫਰੋਮ ਔਨਗੋਇੰਗ ਆਪਰੇਸ਼ਨਸ, ਇਹਦੇ ਵਿੱਚ ਘਰਿੰਡਾ ਏਰੀਆ 'ਚ ਇੱਕ ਮਲਕੀਤ ਸਿੰਘ ਸਨ ਆਫ ਬਲਦੇਵ ਸਿੰਘ, ਮੁਹਾਵਾ ਵਿਲੇਜ ਦੇ ਰਹਿਣ ਵਾਲਾ, ਜੋ ਕਿ ਸ਼੍ਰੀਨਗਰ ਦੇ ਵਿੱਚ ਆਰਮੀ ਦੇ ਵਿੱਚ ਕਾਂਸਟੇਬਲ ਹੈ, ਉਹਦੇ ਕੋਲੋਂ ਕੁਝ ਚੀਜ਼ਾਂ ਰਿਕਵਰ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਕਿ ਕੁਝ ਇੰਪੋਰਟੈਂਟ ਦਸਤਾਵੇਜ਼, ਫੋਟੋਗ੍ਰਾਫਸ ਅਤੇ ਮੈਪਸ, ਤਿੰਨ ਮੋਬਾਈਲ ਫੋਨ ਇਹ ਰਿਕਵਰ ਹੋਏ ਆ। ਹੁਣ ਅੱਗੇ ਇਸ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਦਾ ਕੀ ਮੋਟਿਵ ਸੀ ਜਾਂ ਉਹ ਕਿਹਦੇ ਨਾਲ ਇੰਟਚ ਸੀ, ਜਾਂ ਇਹਦੇ ਵਿੱਚ ਕੋਈ ਹੋਰ ਵੀ ਨੈਟਵਰਕ ਹੈ, ਹੋਰ ਵੀ ਇਹਦੇ 'ਚ ਕੁਝ ਜਾਣੇ ਇਨਵੋਲਵਡ ਹੈ, ਤਾਂ ਇਹ ਪਰਚਾ ਇੱਕ ਦਰਜ ਕੀਤਾ ਗਿਆ ਘਰਿੰਡਾ ਪੁਲਿਸ ਸਟੇਸ਼ਨ ਏਰੀਆ ਦੇ ਵਿੱਚ। ਜੀ ਉਹ ਆਪਾਂ ਨੂੰ ਹਜੇ ਕੁਝ ਜ਼ਿਆਦਾ ਡਿਟੇਲ 'ਚ ਜਾਣਕਾਰੀ ਨਹੀਂ ਹੈ, ਹਜੇ ਆਪਾਂ ਨੂੰ ਇਨਵੈਸਟੀਗੇਸ਼ਨ 'ਚ ਇਹ ਅੱਗੇ ਤੱਥ ਸਾਹਮਣੇ ਆਉਣਗੇ। ਇਸ ਤਰ੍ਹਾਂ ਦਾ ਕੁਝ ਹਜੇ ਇੰਡੀਕੇਸ਼ਨ ਆਪਾਂ ਨੂੰ ਨਹੀਂ ਹੈ, ਹਜੇ ਸਿਰਫ ਪਰਚਾ ਦਰਜ ਹੋਇਆ, ਅੱਗੇ ਜਿਸ ਤਰ੍ਹਾਂ ਦੇ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ 'ਤੇ ਅੱਗੇ ਕਾਰਵਾਈ ਕੀਤੀ ਜਾਵੇਗੀ।